ਇਹਨੂੰ ਕੀੜਾ ਕਿਦੂ ਲੜ ਗਿਆ ਹੈ ਅਤੇ ਸਾਡੇ ਕੋਲ ਪਹੁੰਚਿਆ ਹੈ। ਅਸੀਂ 2-3 ਦਿਨ ਉੱਥੇ ਇਹ ਪਿਆ ਰਿਹਾ ਹੈ। ਅਸੀਂ ਫਿਰ ਇਹਨੂੰ ਲੈ ਗਏ ਸ਼ਹਿਰ, ਉੱਥੋਂ ਅਸੀਂ ਇਹਦਾ ਇਲਾਜ ਕਰਾਉਣ ਲੱਗੇ ਹਾਂ ਅਤੇ ਇਹਦੀ ਲੱਤ ਬਹੁਤ ਹੀ ਖਰਾਬ ਹੋ ਗਈ। 10-12 ਦਿਨ ਰਹੇ ਹਾਂ, ਫਿਰ ਉਹਨੇ ਸਾਨੂੰ ਅਗਾਂਹ ਸਰਕਾਰੀ ਕਾਲ ਦਿੱਤਾ ਅਤੇ ਅਸੀਂ ਉੱਥੇ ਗਏ ਹਾਂ ਅਤੇ ਉੱਥੇ ਸਾਨੂੰ ਉਹਨਾਂ 1 ਦਿਨ ਰੱਖਿਆ ਹੈ। ਸਾਨੂੰ ਆਉਂਦੇ ਅਗਾਂਹ ਫਰੀਦਕੋਟ ਲੈ ਜਾਓ। ਬੱਚੇ ਵੀ ਛੋਟੇ ਨੇ, ਨਾ ਸਾਡੇ ਕੋਲ ਪਹੁੰਚ, ਨਾ ਸਾਨੂੰ ਪਤਾ, ਨਾ ਸੁਰ, ਫਸਲ ਫੁਸਲ ਸਾਡਾ ਸਾਰਾ ਡੁੱਬ ਗਿਆ। ਅਸੀਂ ਫਿਰ ਇਹਨੂੰ ਚੱਕ ਤੇ ਪਹੁੰਚ ਕੋ ਨਹੀਂ ਹੈਗੀ ਤੇ ਅਸੀਂ ਇਹਨੂੰ ਘਰੇ ਲੈ ਆਏ। ਹੁਣ ਦੁਖੀ ਹੋਇਆ ਪਿਆ ਹੈ, ਨਾ ਸਾਡੇ ਕੋਲ ਹੁਣ ਇਲਾਜ ਤਾਈਂ ਪਏ ਸਾ, ਨਾ ਪਾ, ਸਾਡੀ ਵਾਹੀ ਦਿੱਤੀ ਡੁੱਬ ਗਈ, ਡੰਗਰ ਵੀ ਸਾਡੇ ਭੁੱਖੇ ਮਰਦੇ ਪਏ ਨੇ ਅਤੇ ਇਹਦੀ ਹਾਲਾਤ ਬਹੁਤ ਖਰਾਬ ਹੈ। ਕੋਈ ਸਰਕਾਰ ਵੱਲੋਂ ਸਾਨੂੰ ਸਹਾਇਤਾ ਕੀਤੀ ਜਾਵੇ। ਮੇਰਾ ਘਰ ਵਾਲਾ ਹੈਗਾ ਹੈ ਅਤੇ ਪਾਣੀ ਆਇਆ ਸੀ ਅਤੇ ਅਸੀਂ ਚਲੇ ਗਏ। ਇਹ ਇੱਥੇ 2 ਦਿਨ ਸਾਡੇ ਘਰੇ ਰਹਿ ਗਿਆ ਹੈ ਅਤੇ ਇਹਨੂੰ ਕੀੜਾ ਕਿਦੂ ਲੜ ਗਿਆ ਹੈ ਅਤੇ ਸਾਡੇ ਕੋਲ ਪਹੁੰਚਿਆ ਹੈ। ਅਸੀਂ 2-3 ਦਿਨ ਉੱਥੇ ਇਹ ਪਿਆ ਰਿਹਾ ਹੈ। ਅਸੀਂ ਫਿਰ ਇਹਨੂੰ ਲੈ ਗਏ ਸ਼ਹਿਰ, ਉੱਥੋਂ ਅਸੀਂ ਇਹਦਾ ਇਲਾਜ ਕਰਾਉਣ ਲੱਗੇ ਹਾਂ ਅਤੇ ਇਹਦੀ ਲੱਤ ਬਹੁਤ ਹੀ ਖਰਾਬ ਹੋ ਗਈ, ਪਾਟਣ ਨੂੰ ਆ ਗਈ ਅਤੇ ਡਾਕਟਰ ਸਾਹਿਬ ਆਉਂਦਾ ਵੀ ਇਹਨੂੰ ਰੇਚ ਹੈਗਾ ਅਤੇ ਮੈਂ ਚੀਰਾ ਦੇਣਾ। ਉਹਨੇ ਚੀਰਾ ਦਿੱਤਾ ਹੈ ਅਤੇ ਉਹਨੇ ਆਖਿਆ ਹੈ ਵੀ ਇਹਦਾ ਜ਼ਹਿਰ ਬਣ ਗਈ ਹੈ, ਵੀ ਇਹਨੂੰ ਕੀੜਾ ਲੜਾ ਹੈ। ਫਿਰ ਉਹ ਲੱਤ ਬੜੀ ਖਰਾਬ ਹੋ ਗਈ। 1 ਵਾਰੀ ਦਿੱਤਾ ਸੀ, ਫਿਰ ਉਹ ਤਾਂ ਚੀਰਾ ਦਿੱਤਾ ਸੀ। ਫਿਰ ਅਸੀਂ 10-12 ਦਿਨ ਰਹੇ ਹਾਂ, ਫਿਰ ਉਹਨੇ ਸਾਨੂੰ ਅਗਾਂਹ ਸਰਕਾਰੀ ਕਾਲ ਦਿੱਤਾ ਅਤੇ ਅਸੀਂ ਉੱਥੇ ਗਏ ਹਾਂ ਅਤੇ ਉੱਥੇ ਸਾਨੂੰ ਉਹਨਾਂ 1 ਦਿਨ ਰੱਖਿਆ ਹੈ। ਸਾਨੂੰ ਆਉਂਦੇ ਅਗਾਂਹ ਫਰੀਦਕੋਟ ਲੈ ਜਾਓ ਅਤੇ ਸਾਡੇ ਕੋਲ ਬੱਚੇ ਵੀ ਛੋਟੇ ਨੇ, ਨਾ ਸਾਡੇ ਕੋਲ ਪਹੁੰਚ, ਨਾ ਸਾਨੂੰ ਪਤਾ, ਨਾ ਸੁਰ, ਫਸਲ ਫੁਸਲ ਸਾਡਾ ਸਾਰਾ ਡੁੱਬ ਗਿਆ। ਅਸੀਂ ਫਿਰ ਇਹਨੂੰ ਚੱਕ ਤੇ ਪਹੁੰਚ ਕੋ ਨਹੀਂ ਹੈਗੀ ਤੇ ਅਸੀਂ ਇਹਨੂੰ ਘਰੇ ਲੈ ਆਏ ਅਤੇ ਹੁਣ ਦੁਖੀ ਹੋਇਆ ਪਿਆ ਹੈ, ਨਾ ਸਾਡੇ ਕੋਲ ਹੁਣ ਇਲਾਜ ਤਾਈਂ ਪਏ ਸਾ, ਨਾ ਪਾ, ਸਾਡੀ ਵਾਹੀ ਦਿੱਤੀ ਡੁੱਬ ਗਈ, ਡੰਗਰ ਵੀ ਸਾਡੇ ਭੁੱਖੇ ਮਰਦੇ ਪਏ ਨੇ ਅਤੇ ਇਹਦੀ ਹਾਲਾਤ ਬਹੁਤ ਖਰਾਬ ਹੈ। ਕੋਈ ਸਰਕਾਰ ਵੱਲੋਂ ਸਾਨੂੰ ਸਹਾਇਤਾ ਕੀਤੀ ਜਾਵੇ। ਅਤੇ ਅਸੀਂ ਇਹਨੂੰ ਬਈ ਲਈ ਫਿਰੇ ਹਸਪਤਾਲ ਅਤੇ ਪੈਸਾ ਪਾ ਅਸੀਂ ਠੱਗ ਬੱਗ ਅਤੇ ਕੋਈ ਸਾਡੇ ਕੋਲ ਜ਼ਮੀਨ 2 ਕਨਾਲੀ ਹੈਗੀ ਹੈ, ਉਹ ਵੀ ਅਸੀਂ ਗਹਿਣੇ ਕਰ ਦਿੱਤੀ ਅਤੇ ਅਸੀਂ ਲਾਈ। ਫਿਰ ਹੁਣ ਸਾਡੇ ਕੋਲ ਪਹੁੰਚ ਨਹੀਂ ਹੈਗੀ ਪੈਸੇ ਪਾ ਦੀ ਅਤੇ ਅਸੀਂ ਮਰੀਜ਼ ਨੂੰ ਘਰੇ ਰੱਖੀ ਬੈਠੇ ਹਾਂ। ਅਸੀਂ ਗਏ ਸੀ ਗੁਪਤੇ ਕੋਲ, ਉੱਥੇ ਅਸੀਂ ਰੱਖਿਆ ਹੈ 8 ਕੁ ਦਿਨ ਰੱਖਿਆ ਉਹਨਾਂ ਨੇ। ਫਿਰ ਉਹਨੇ ਸਾਨੂੰ ਅਗਾਂਹ ਭੇਜ ਦਿੱਤਾ ਸਰਕਾਰੀ, ਅਤੇ ਸਰਕਾਰੀ ਦੇ ਵਿੱਚ ਸਾਨੂੰ 1 ਰਾਤ ਉਹਨਾਂ ਰੱਖਿਆ ਹੈ ਅਤੇ ਉਹਨਾਂ ਆਖਿਆ ਤੁਸੀਂ ਲੈ ਜਾਓ ਫਰੀਦਕੋਟ। ਸਾਨੂੰ ਪਹੁੰਚ ਨਹੀਂ ਹੈਗੀ, ਇੱਕ ਬੱਚੇ ਛੋਟੇ ਨੇ, ਅਸੀਂ ਮਾਂ ਪੁੱਤਰ ਹੈਗੇ ਆ, ਨਾ ਸਾਤੂ ਕਿਧਰੇ ਗਿਆ ਗਿਆ, ਨਾ ਸਾਡੇ ਕੋਲ ਪੈਸਾ, ਸਾਨੂੰ ਪਤਾ ਹੀ ਨਹੀਂ ਵੀ ਕਿੱਥੇ ਅਸੀਂ ਜਾਣਾ, ਕੀ ਕਰਨਾ। ਅਤੇ ਅਸੀਂ ਘਰੇ ਲੈ ਆਏ ਇਹਨੂੰ ਵੀ ਸਾਤੂ ਨਹੀਂ ਕਿਧਰੇ ਗਿਆ ਜਾਂਦਾ, ਅਸੀਂ ਗਰੀਬ ਬੰਦੇ ਹਾਂ, ਸਾਡਾ ਫਸਲ ਵੀ ਡੁੱਬ ਗਿਆ, ਹੁਣ ਅਸੀਂ ਡੰਗਰਾਂ ਤੋਂ ਵੀ ਭੁੱਖੇ ਬੈਠੇ, ਅਸੀਂ ਆਪ ਕੋਲ ਸਾਡੇ ਕੋਲ ਨਹੀਂ ਕੁਛ ਵੀ, ਅਤੇ ਇਹਦੀ ਪਹੁੰਚ ਨਹੀਂ ਸਾਡੇ ਕੋਲ ਮੁੱਲ ਇਲਾਜ ਕਰਾਉਣ ਦੀ। ਕੋਈ ਸਹਾਇਤਾ ਕੀਤੀ ਜਾਵੇ ਸਰਕਾਰ ਵੱਲੋਂ ਸਾਨੂੰ। ਇਹਦਾ ਨਾਮ ਹੈ ਮੰਗਤ ਸਿੰਘ, ਪਹਿਲਾਂ ਸਹੀ ਸੀ, ਆ ਪਾਣੀ ਵਿੱਚ ਇਹਨੂੰ ਕੀੜੇ ਦਾ ਪਾਨਾ ਬਣਾ ਕੀੜਾ ਲੜਿਆ ਸੀ, ਬਹੁਤ ਇਹਦੀ ਹਾਲਾਤ ਖਰਾਬ ਹੈਗੀ, ਬਹੁਤ ਹੀ ਹੈਗੀ ਆ ਜੀ। ਪਾਣੀ ਇੱਥੇ ਘਰੇ ਹੀ ਰਹਿੰਦੇ ਰਹੇ ਨੇ, ਇਕੱਲੇ ਰਹਿੰਦੇ ਰਹੇ ਨੇ। ਕੀੜਾ ਆਉਂਦਾ ਮੈਂ ਵੇਖਿਆ ਹੈ, ਆਉਂਦਾ ਕੀੜਾ ਮੈਨੂੰ ਲੜਿਆ। ਸਾਨੂੰ ਕੋਈ ਸਰਕਾਰ ਵੱਲੋਂ ਸਹਾਇਤਾ ਕੀਤੀ ਜਾਵੇ, ਅਸੀਂ ਜਿਹੜਾ ਇਹਦਾ ਹੈਗਾ ਅਸੀਂ ਆਪਦਾ ਇਲਾਜ ਕਰਾ ਲਈਏ। ਹੁਣ ਵੈਸੇ ਬੋਲ ਸਕਦੇ ਨੇ, ਬੋਲਣ ਦੀ ਹਾਲਤ ਹੈਗੀ ਕਿ ਨਹੀਂ ਹੈਗੀ? ਉਹ ਇਹਦੇ ਤੋਂ ਨਹੀਂ ਬੋਲਾ ਜਾਂਦਾ। ਅੱਛਾ, ਹਾਲਤ ਬਹੁਤ ਖਰਾਬ ਹੈ। ਹਾਲਤ ਖਰਾਬ ਹੈ, ਦਵਾਈ ਵੀ ਨਹੀਂ ਸਾਤੋਂ ਦਵਾਈ ਜਾਂਦੀ, ਮਾੜੀ ਹਾਲਾਤ ਚ ਪਿਆ। ਕਿੰਨੇ ਪਰਿਵਾਰਕ ਮੈਂਬਰ ਕਿੰਨੇ ਹੈਗੇ ਹੋ ਤੁਸੀਂ? ਅਸੀਂ ਹੈਗੇ 3 ਬੱਚੇ ਨੇ ਤੇ 2 ਜਣੇ ਅਸੀਂ, 5 ਜੀ ਅਸੀਂ ਹੈਗੇ। ਬਾਕੀ ਛੋਟੇ ਬੱਚੇ? 2 ਛੋਟੇ ਬੱਚੇ ਨੇ, ਉਹ ਵਿਚਾਰੇ ਕੱਲ ਪਰਸੋਂ ਦੇ ਮਿਹਨਤ ਤੇ ਗਏ, ਚਲੇ ਨਰਮਾ ਚੁਗਣ ਚ ਸਕੂਲ ਛੱਡ ਤੇ, ਛੋਟੇ ਛੋਟੇ ਹੈਗੇ। ਕਿੰਨੀ ਕਿੰਨੀ ਉਮਰ ਦੇ ਹੈਗੇ ਨੇ? 1 ਤੇ ਹੈਗਾ 15 ਕੁ ਸਾਲ ਦਾ ਤੇ 1 17 ਕੁ ਸਾਲ ਗੁਡੀਆ। ਅਸੀਂ ਨਰਮਾ ਚਗਾਈ ਤੇ ਭੇਜ ਦਿੱਤਾ। ਹਾਂ, ਨਰਮਾ ਚਗਾਈ ਤੇ ਹੁਣ ਅਸੀਂ ਕੀ ਕਰੀਏ ਘਰੇ, ਹੁਣ ਤੇ ਛੱਡ ਗਏ ਸਕੂਲ ਹੀ, ਆ ਪਾਣੀ ਤਾਣੀ ਨੇ। ਪਹਿਲਾਂ ਤੇ ਇੱਥੇ 3 ਨੰਬਰ ਪੜ੍ਹਦੇ ਰਹੇ ਨੇ, ਫਿਰ ਹੁਣ ਉਹ ਮਹਾਤਮ ਨਗਰ 8ਵੀਂ ਗੁਡੀਆ ਪੜ੍ਹਦੀ ਆਈ ਤੇ 7ਵੀਂ ਮੁੰਡਾ ਪੜ੍ਹਦਾ।
ਬੜਾਈ ਬੜੀ ਪੁੱਛਨੀ ਅਸੀਂ ਵੀ ਸਾਨੂੰ ਹੁਣ ਕਿੰਨੇ ਦਿਨ ਹੋ ਗਏ ਰੁਲੇ ਡੁੱਬੇ ਫਿਰਨੇ ਇਤਨਾ ਪਾਣੀ ਦੀ ਵਜ੍ਹਾ ਕਰਕੇ ਪਾਣੀ ਦੀ ਵਜ੍ਹਾ ਅਸੀਂ ਕਿਸੇ ਦੇ ਘਰੇ ਬੈਠੇ ਸਾਨੂੰ ਰਹਿਣ ਦੀ ਵੀ ਥਾਂ ਨਹੀਂ ਕੋਈ ਬਹਿਣ ਦੀ ਨਹੀਂ ਕੋਈ ਸਾਨੂੰ ਖਰਚਾ ਨਹੀਂ ਪੱਠਾ ਨਹੀਂ ਜਵਾਕ ਸਾਡੇ ਕਿਧਰੇ ਰੋਲੇ ਪਏ ਰਹੇ ਨੇ ਅਸੀਂ ਤਿੰਨ ਜੀ ਹਸਪਤਾਲਾਂ ਚ ਰੋਲੇ ਫਿਰੇ ਨਹੀਂ ਅਸੀਂ ਕਰਵਾ ਸਕਦੇ ਮਾੜੀ ਹਾਲਾਤ ਅਸੀਂ ਕਿੰਦੇ ਕੋਲੋਂ ਠੱਗੀ ਹੈਗਾ ਫਸਲ ਡੁੱਬ ਗਏ ਕੋਈ ਪੈਲੀ ਵਾਲਾ ਵੀ ਸਾਡਾ ਕੋਈ ਕੁਛ ਨਹੀਂ ਆ ਸਾਨੂੰ ਅਸੀਂ ਜਿਲ੍ਹੇ ਸਾਨੂੰ ਵੀ ਗੁਪਤੇ ਨੇ ਅਗਾਂਹ ਭੇਜਿਆ ਹੈ ਤੇ ਅਗਾਂਹ ਸਾਨੂੰ ਉਹ ਨਾ ਆਖਾ ਅਗਾਂਹ ਲੈ ਜਾਓ ਸਾਡੀ ਪਹੁੰਚ ਨਹੀਂ ਹੈਗੀ ਅਸੀਂ ਨਹੀਂ ਲੈ ਗਏ ਸਾਡੇ ਕੋਲ ਪੈਸਾ ਨਹੀਂ ਟਕਾ ਨਹੀਂ ਕੋਈ ਸਾਡੇ ਨਾਲ ਜਾਣ ਆਉਣ ਵਾਲਾ ਨਹੀਂ ਅਸੀਂ ਮਾਂ ਪੁੱਤਰ ਹੋ ਜੇ ਸਾਨੂੰ ਪਤਾ ਸੁਰ ਨਹੀਂ ਹੈਗਾ ਅਸੀਂ ਨਹੀਂ ਲੈ ਗਏ ਤੇ ਨਹੀਂ ਅਸੀਂ ਇਲਾਜ ਕਰਵਾ ਸਕਦੇ ਪੈਸੇ ਦਾ ਕੋਈ ਇੰਤਜ਼ਾਮ ਕਰ ਸਕਦਾ ਹੈ ਜੇ ਮਦਦ ਮਿਲ ਸਕਦੀ ਫਿਰ ਇਲਾਜ ਹੋ ਸਕਦਾ ਹੈ ਹਾਂ ਹੋ ਸਕਦਾ ਹੈ ਸਾਨੂੰ ਪੈਸਾ ਟਕਾ ਮਿਲਿਆ ਜਾਵੇ ਤੇ ਅਸੀਂ ਫਿਰ ਇਹਦਾ ਇਲਾਜ ਕਰਾ ਸਕਨੇ ਤੇ ਨਿਰਾ ਅਸੀਂ ਗਰੀਬ ਹੈਗੇ ਸਾਥੋਂ ਆਪਦੇ ਆਪ ਨਹੀਂ ਕਰਾਇਆ ਜਾਂਦਾ ਸਾਡੇ ਪੱਲੇ ਛੇ ਕੋ ਨਹੀਂ ਰਹਿ ਗਏ ਤੁਹਾਡਾ ਕੀ ਨਾਮ ਮੇਰਾ ਜੱਲਾਂ ਬਾਈ